चोरी किया गया है, चाकू से काटा गया है, तो उसमें जो सरकारी शिनाख्ती कार्ड और सरकारी आइडेंटिटी कार्ड है वो मेहरबानी करके वो वापस कर दें। मोमिनीन जहूर हुसैन साहब कोर्ट बैना सिविल अस्पताल पहुंच जाए। नारे तकबीर, नारे रिसालत, नारे हैदरी। कर रहा हूं नमाज इश्क अदा, मेरा किबला है कर्बला हुसैन। अब आपके सामने जाकिर नौजवान, जाकिर खुशबयां, नफीसुल बयान जाकिर, एक अजीम बुजुर्ग जाकिर की याद, जनाब नियाल अब्बास नूरिया साहब अब जौराबाद, जिक्र मोहम्मद वाले मोहम्मद बयान फरमाएंगे। इनके अलावा मेंबर पे किबला काबा सैयद मुश्ताक हुसैन शाह साहब, मलिक मुंतजिर मेहदी साहब, अधिक राजता है अब्बास साहब, सारे अल्लाह तशरीफ रखते हैं। सलावत पढ़ो सरकार, सलावत का पढ़ना ऐन इबादत है, बुलंद आवाज नाल सलावत पढ़ो। नारा तकबीर, नारा रिसालत, नारा हैदरी। इमाम जमाना अलैहि सलाम दी आमद व सलामती वास्ते बुलंद तर सलावत। मालिक कायनात
سید زادی دی صفے ادا اپنی بارگاہ وچ منظور و مقبول مالک نے باق اقبال دے وچ اور دا فصل آوے مالک نے نال میرا عزیز نا پتراں دے ہمیشہ آباد و شاد رکھے مالک تمام آزاداراں دے حاجات پورے فرماوے جتھے جتھے میرے آقا حسین دے آزادار وسطن مالک نا دا آپ تحفظ فرماوے امام زمانہ علیہ السلام تحفظ فرماوے رکی صاحب کر کے صلوات پڑھو سردار دیلا نہیں نہیں جتنا مجمع سارے بلند صلوات پڑھو ایک ربائی پیش کرنا جانا اس کے بعد میں جناب قصیدہ سنوانا اور اس ربائی دے وچ میں ایک پیغام جناب تک پہنچانا چاہوں پوری ربائی نہیں ربائی کے پہلے لفظ سے پوری توجہ کرنی ہے جاوت دیوا پیغام زبان سوال قلم روک بے لگام نہ بان کس واسطے رہو زبان سوال قلم روک بے لگام نہ بان وجہ صحیح سے رات پہ چل منکر امام نہ بان صحیح سے رات پہ چل منکر امام نہ بن وجہ تیرے وجود میں ہے فاطمہ کے گھر کا نمک نہیں خیال میرے پاس نہیں پوری دنیا جڑا نمک کھا رہی ہے میری طاہر حسین دے حق محل دے وچ اس واسطے آخر تیرے وجود میں ہے فاطمہ کے گھر کا نمک علی سے کر کے عداوت نمک حرام نہ بن سلوات پڑھو میں قصیدہ سنواوا نہیں نہیں یہ تواڈے معیار مطابق نہیں سلوات سارے پڑھو سلوات
ਬਿਸਮਿਲਲਾ ਮੇਰੀ ਉਮੀਦ ਤੋਂ ਬਹੁਤ ਜ਼ਿਆਦਾ ਸੋਹਣੇ ਰੰਗ ਨਾਲ ਸੁਣਿਆ ਨੇ ਸਾਨੀ ਸ਼ੇਰ ਸੁਣਾਉਣਾ ਚਾਹਨਾ ਔਰ ਆਪਣੀ ਜ਼ਾਕਰੀ ਤੇ ਨਾਜ਼ ਨਹੀਂ ਕਿਉਂ ਜੋ ਇਹ ਝੁਕਣ ਦੀ ਜਾਵੇ ਨਾਜ਼ ਕਰਨ ਦੀ ਜਾ ਹੀ ਨਹੀਂ ਮਗਰ ਇਸ ਜ਼ਿਕਰ ਦੀ ਤਾਕਤ ਤੇ ਨਾਜ਼ ਜ਼ਿਕਰ ਜਿਤਨੀ ਤਾਕਤ ਪੂਰੇ ਮਜਮੇ ਤੋਂ ਇੱਕ ਬੰਦਾ ਇਹ ਸਾਨੀ ਸ਼ੇਰ ਸੁਣ ਕੇ ਪਚਾ ਵਜੇ ਚੁੱਪ ਕਰ ਵਜੇ ਮੈਂ ਤੋੜਾ ਕਿ ਉਸਦਾ ਸਲਾਮ ਕਰੇ ਸਾਂ ਮਗਰ ਸ਼ਰਤੇ ਵਿਲਾਏ ਅਲੀ ਰੱਖ ਦਓ ਗੱਲ ਮੇਰੀ ਵਿਲਾ ਦੇ ਨਾਲੇ ਮੇਰੇ ਪਾਸ ਵੇਖ ਕੇ ਸਾਨੀ ਸ਼ੇਰ ਸੁਣਨਾ ਹੈ ਨਾ ਮਖਲੂਕ ਭਾਈ ਅੱਲਾ ਵਾਸਤੇ ਇੱਕ ਮਿੰਟ ਰੋਕ ਵਾਂ ਮੈਂ ਸਾਨੀ ਸ਼ੇਰ ਪੜਨ ਦੇ ਇਥਾਂ ਹੀ ਭਾਈ ਨਮਕ ਲੋਕ ਮਲ ਹਮੇਸ਼ਾ ਬਾਦਲੋ ਕਾਇਨਾਤ ਦੀ ਕੀਮਤ ਦਾ ਸ਼ੇਰ ਜਿਹੜਾ ਉਹਨੂੰ ਸੁਣਾਉਣਾ ਚਾਹੁੰਦਾ ਲੋਕ ਬਹਿਸ ਕਰੇਂਦੇ ਨਬੀ ਅਫਜ਼ਲ ਜਾਂ ਇਮਾਮ ਅਫਜ਼ਲ ਪੂਰੀ ਤਵੱਜੋ ਮੈਂ ਇਸ ਬਹਿਸ ਚ ਨਹੀਂ ਪਾਉਣਾ ਬਣਾਵਣ ਵਾਲਾ ਬਿਹਤਰ ਜਾਣਦਾ ਇਤਨਾ ਜ਼ਰੂਰ ਦੱਸੇ ਨਾ ਉਸ ਨਬੀ ਵੀ ਇੱਕੋ ਜਿਹੇ ਬਣ ਕੁਰਾਨ ਪੜ੍ਹ ਕੇ ਵੇਖੋ ਕੋਈ ਇਲਾਕੇ ਦਾ ਨਬੀ ਕੋਈ ਮਹੱਲੇ ਦਾ ਨਬੀ ਕੋਈ ਸ਼ਹਿਰ ਦਾ ਨਬੀ ਕੋਈ ਨਬੀਆਂ ਦਾ ਨਬੀ ਕੋਈ ਕਾਇਨਾਤ ਦਾ ਨਬੀ ਇਹਨੇ ਲਫ਼ਜ਼ ਮੈਂ ਆਖਣਾ ਫੈਸਲਾ ਤੁਸਾਬ ਕਰਨਾ ਹੈ ਇਨਸਾਫ ਤੁਸਾਬ ਕਰਨਾ ਹੈ ਜੋ ਅਫਜ਼ਲ ਕੌਣ ਹੈ ਗੱਲ ਕਿਹੜੀ ਕਰਨਾ ਚਾਹਨਾ ਜਿੱਥਾਂ ਆਉਣਾ ਹੈ ਪੁੱਤਰ ਹੀ ਨਹੀਂ ਰੁਲੋ ਜਿਵੇਂ ਮੇਰੇ ਆਕਾ ਅਲੀ ਦੀਆਂ ਧੀਆਂ ਰੁਲੀਆਂ ਕੋਈ ਤੁਹਾਡਾ ਜ਼ਹਿਨ ਤਬਦੀਲ ਨਹੀਂ ਕਰੇਗਾ ਦੋ ਤਰਾਏ ਸਾਹਿਬਾਨ ਵਿੱਚ ਪਹਿਲੇ ਇਹੋ ਪੜ੍ਹ ਗਏ ਮੇਰਾ ਵੀ ਦਿਲ ਇਹੀ ਕਲਾਮੇ ਥਾਈ ਸੁਣਾਵਾਂ ਚਾਹ ਉਸ ਜਗ੍ਹਾ ਤੇ ਪਹੁੰਚ ਗਈਆਂ ਜਿੱਥੇ ਆਵਣ ਦੇ ਲਾਇਕ ਨਾ ਤੁਸੀਂ ਥੱਕ ਕੇ ਲਾ ਸੁਣ ਛੋੜ ਦੇ ਖੋਲਣਾ ਪੋਸੀ ਮੈਂ ਗੁਜ਼ਾਰਿਸ਼ ਕੀਤੀ ਉੱਥੇ ਪਹੁੰਚ ਗਈਆਂ ਇੱਥੇ ਉਲਮਾ ਲਿਖ ਗਏ ਅਲੀ ਦੀ ਧੀ ਖਲੋ ਕੇ 15 ਅਜ਼ਾਨਾਂ ਸੁਣ ਬਿਸਮਿਲਲਾ ਬਿਸਮਿਲਲਾ ਤੇ ਵੇਲੇ ਗੁੰਮ ਦੇਰ ਹੋ ਗਈ ਨਾ ਕਾਫਲਾ ਰੁਕ ਹੋਏ 4 ਸਾਲਾਂ ਦੀ ਮਾਸੂਮਾ ਟੁਰਦੀ ਟੁਰਦੀ ਜਨਾਬੇ ਜ਼ੈਨਬ ਦੇ ਕੋਲ ਆਈ ਦਾਮਾ ਨਾਪ ਕਹਿ ਦੀਏ ਫੁੱਫੀ ਅੰਮਾ ਇਹ ਮੁਸਲਮਾਨਾਂ ਦਾ ਸ਼ਹਿਰ ਨਹੀਂ ਇਹ ਕਲਮਾ ਨਹੀਂ ਪੜ੍ਹਦੇ ਬੀਬੀ ਅੱਗੇ ਮਾਸੂਮਾ ਪੜ੍ਹਦੇ ਨੇ ਕਲਮਾ ਮਾਸੂਮਾ ਦੀ ਬਤ ਇਹਨਾਂ ਨੂੰ ਪਤਾ ਕੋਈ ਨਹੀਂ ਅਸਾਂ ਰਸੂਲ ਦੀਆਂ ਦੀਆਂ ਸਾਡਾ ਕਾਫਲਾ ਕਿਉਂ ਰੁਕੋ ਹੈ ਇਤਨੀ ਦੇਰ ਹੋ ਗਈ ਹੈ ਮਾਸੂਮਾ ਕੀਤਾ ਹੈ ਸਵਾਲ ਆਲੀ ਹਸੈਨ ਜਿਹੜਾ ਜਵਾਬ ਦਿੱਤਾ ਹੈ ਸੁਣਾਵਾਂ ਜੀ ਬੀਬੀ ਆਲੀਏ ਮਾਸੂਮਾ ਕਾਤਿਲ ਦਰਬਾਰ ਲਵੇਂ ਉਹ ਜਿਹੜਾ ਲੁੱਟਿਆ ਨੇ ਦਾਜ ਮੇਰੀ ਕੁਦਰਤ ਉਹ ਮਾਲ ਵੰਡੇ ਨੇ
ਸੇਵਾ ਕਰਕੇ ਪੁੱਤਰ ਮੁਹੰਮਦ ਦਾ ਹੁਣ ਈਦ ਮਨੈ ਦੇ ਪੈ ਬਿਸਮਿਲ੍ਲਾ ਮੇਰੀ ਇਤਨੀ ਹਾਜ਼ਰੀ ਕਾਫੀ ਹੈ ਪਾਣੀ ਦੀ ਹੈਸੀਅਤ ਵਿੱਚ ਹਾਜ਼ਰ ਹਾਂ ਇੱਕ ਲਫ਼ਜ਼ ਹੋਰ ਸੁਣ ਕੇ ਤੇ ਮੈਂ ਮਿੰਬਰ ਛੋੜ ਦੇਵਾਂ ਕਿਹੜਾ ਲਫ਼ਜ਼ ਸੁਣਾਉਣਾ ਚਾਹਾਂ ਮੈਂ ਉਮਤੀ ਹਾਂ ਨੌਕਰ ਸਈਦਾਂ ਦਾ ਸਈਦਾਂ ਤੋਂ ਇਜਾਜ਼ਤ ਲੈ ਕੇ ਇੱਕੋ ਲਫ਼ਜ਼ ਸੁਣਾਉਣਾ ਚਾਹਾਂ ਇਜਾਜ਼ਤ ਹੈ ਬਾਬਾ ਵਤ ਨਾਰਾਜ਼ ਨਹੀਂ ਹੋਣ ਬਾਜ਼ਾਰ 'ਚ ਸ਼ੋਰ ਬੁਲੰਦ ਹੋਏ ਬਿਸਮਿਲ੍ਲਾ ਇਹ ਸ਼ੋਰ ਈਸਾਈ ਔਰਤਾਂ ਸੁਣੇ ਇੱਕ ਦੂਸਰੇ ਨਾਲ ਆਓ ਪਤਾ ਤਾਂ ਕਰੀਏ ਕੌਣ ਕਹਿੰਦੀ ਈਸਾਈ ਔਰਤਾਂ ਉੱਥੇ ਪਹੁੰਚੀਆਂ ਜਿੱਥੋਂ ਕਾਫਲਾ ਗੁਜ਼ਰ ਚੁੱਕਾ ਹੋ ਰਸ਼ ਦਿੱਤਾ ਨੇ ਬਾਜ਼ਾਰ 'ਚ ਸਵਾਲ ਕਰਕੇ ਆਉਂਦੀਆਂ ਮੁਸਲਮਾਨ ਆਵਾਜ਼ ਤੁਹਾਡੀ ਕਿਹੜੀ ਈਦ ਮੁਸਲਮਾਨਾਂ ਦੇ ਨਾਲ ਈਦ ਤਾਂ ਕੋਈ ਨਹੀਂ ਈਸਾਈ ਔਰਤਾਂ ਦੀਆਂ ਵੱਧ ਬਾਜ਼ਾਰ ਕਿਉਂ ਸਜੇ ਹੋਏ ਫਾਖਰਾ ਲਿਬਾਸ ਕਿਉਂ ਪਾਏ ਹੋਏ ਨੇ ਇੱਕ ਈਸਾਈ ਔਰਤ ਦੀਵਾਰਾਂ ਨਾਲ ਟਕਰਾ ਮਾਰ ਕੇ ਆਉਂਦੀ ਹੈ ਇਹ ਵੀ ਦੱਸੋ ਬਾਜ਼ਾਰ ਦੀਆਂ ਦੀਵਾਰਾਂ ਤੇ ਖੂਨ ਕਿਉਂ ਲੱਗੋ ਹੈ ਬਿਸਮਿਲ੍ਲਾ ਕਿਹੋ ਤਲਬ ਸੀ ਜਿਹਦੀ ਮੈਂ ਸਾਦਾ ਤੋਂ ਇਜਾਜ਼ਤ ਮੰਗੀ ਹੈ ਈਸਾਈ ਔਰਤਾਂ ਕੀਤਾ ਸਵਾਲ ਮੁਸਲਮਾਨਾਂ ਜਿਹੜਾ ਜਵਾਬ ਦਿੱਤਾ ਹੈ ਅਸਾਂ ਕਬਰ 'ਚ ਰੋਣਾ ਕਮੀ ਨੇ ਮੁਸਲਮਾਨਾਂ ਤੇ ਨੇ ਇੱਥੋਂ ਲੰਘੀਆਂ مومنین امام بارگاہ کے دروازے کے بائیں طرف جو کیمپ ہے وہاں پہ دو آپ کی ڈیوٹیاں دی جا رہی ہیں سب سے پہلے جو مومنین سید زریعت عمران شرازی شاہ صاحب کے ساتھ زیارات پہ جانا چاہتے ہیں جہاں پہ اس قافلے میں آپ کے لیے زائرین کے لیے مجالس و نوہ خانی و ماتم داری کا انتظام خاطر خواہ انتظام ہوگا نامور علماء کرام و ذاکرین نظام کی موجودگی میں وہ تمام حضرات زائرین جو سید زریعت عمران شاہ صاحب کے ساتھ جانا چاہتے ہیں زیارات پہ وہ بائیں طرف کیمپ میں اپنا نام لکھوا لیں اس کے علاوہ جو حضرات عزاداری کرسی مظلوم کربلا پہ آئے ہیں وہ حضرات بھی ایک دوسرے کاؤنٹر پہ اپنا نام لکھائیں تاکہ مجلس کے اختتام پہ پانچ خوش نصیب مومنین کے نام بذریعہ قرآن بازی نکالے جائیں گے جو کہ زیارات کے لیے جائیں گے اب میں ملتمس ہوں عزت ماب میں اپنے ممبر کی ڈیوٹی نظامت کی ڈیوٹی ہمارے لاہور سے آئے ہوئے انتہائی واجب الاحترام شخصیت سید سجاد اگر بخاری شاہ صاحب آف لاہور سے ملتمس ہوں کہ وہ تشریف لائیں اور سید الزاکرین سید مشتاق حسین شاہ صاحب کا ذکر اور ان کا لیے اعلان فرمائیں ویلکم شاہ صاحب بار محمد والے محمد صلوات